ਕਹਿਣਾ ਚਾਹੁੰਦਾ ਕਿ ਇੱਕ ਕਾਨੂੰਨ ਜਿਹੜਾ ਹੈ ਕੇਂਦਰ ਸਰਕਾਰ ਨੇ ਪਾਸ ਕੀਤਾ ਹੈ ਯੂਏਪੀਏ ਤੇ ਕਾਂਗਰਸ ਸਰਕਾਰਾਂ ਜਿਹੜੀਆਂ ਨੇ ਪੰਜਾਬ ਤੋਂ ਬਿਨਾ ਬਾਕੀ ਸੂਬਿਆਂ ਦੇ ਵਿੱਚ ਇਸ ਕਾਨੂੰਨ ਦਾ ਵਿਰੋਧ ਕਰ ਰਹੀਆਂ ਨੇ ਔਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਹਿੰਦੁਸਤਾਨ ਦੇ ਅੰਦਰ ਜਿੱਥੇ ਗੈਰ ਕਾਂਗਰਸੀ ਸਰਕਾਰਾਂ ਨੇ ਉੱਥੇ ਇਸ ਕਾਨੂੰਨ ਦਾ ਵਿਰੋਧ ਕਰ ਰਹੀਆਂ ਨੇ ਤੇ ਆਪਣੀਆਂ ਜਿਹੜੀਆਂ ਜਿੱਥੇ ਸਟੇਟਾਂ ਦੇ ਵਿੱਚ ਸਰਕਾਰਾਂ ਉੱਥੇ ਲਾਗੂ ਕਰਨ ਤੋਂ ਜਿਹੜਾ ਹੈ ਉਹ ਇਨਕਾਰ ਕਰ ਰਹੀਆਂ ਨੇ ਪਰ ਇਹਦੇ ਉਲਟ ਪੰਜਾਬ ਦੇ ਵਿੱਚ ਇਸ ਕਾਨੂੰਨ ਦੇ ਤਹਿਤ ਜਿਹੜੇ ਆ ਦਰਜਨ ਤੋਂ ਵੱਧ ਜਿਹੜੇ ਆ ਲੜਕੇ ਸੜੇ ਸਿੱਖ ਨੌਜਵਾਨ ਜਿਹੜੀ ਆ ਉਹ ਗ੍ਰਫਤਾਰ ਕੀਤੇ ਗਏ ਆ ਇਹ ਸਮਝ ਨਹੀਂ ਲੱਗਦੀ ਕਿ ਇਹ 도ਗਲਾ ਜਿਹੜਾ ਚਿਹਰਾ ਜਿਹੜਾ ਹੈ ਜਾਂ 도ਗਲਾ ਜਿਹੜਾ ਹੈ ਕਿਰਦਾਰ ਜਿਹੜਾ ਕਿਉਂ ਨਿਭਾਇਆ ਜਾ ਰਿਹਾ ਕਾਲੇ ਕਾਨੂੰਨ ਜਿਹੜੇ ਆ ਬਣਾਏ ਜਾ ਰਹੇ ਆ ਔਰ ਉਹਨਾਂ ਦੇ ਵਾਰਸਾਂ ਵੱਲੋਂ ਬਣਾਏ ਜਾ ਰਹੇ ਆ ਜਿਹੜੇ 1947 ਤੋਂ ਪਹਿਲਾਂ ਕਾਲੇ ਕਾਨੂੰਨਾਂ ਦਾ ਜਿਹੜਾ ਹੈ ਉਹ ਵਿਰੋਧ ਕਰਦੇ ਰਹੇ ਆ ਇਸ ਕਰਕੇ ਅੰਗਰੇਜ਼ਾਂ ਦੇ ਕਾਲੇ ਕਾਨੂੰਨਾਂ ਦਾ ਜਿਹੜੇ ਵਿਰੋਧ ਕਰਦੇ ਰਹੇ ਆ ਉਹਨਾਂ ਦੇ ਵਾਰਸਾ ਵੱਲੋਂ ਕਾਲੇ ਕਾਨੂੰਨ ਬਣਾਉਣਾ ਜਿਹੜਾ ਹੈਗਾ ਇਹ ਕਿਸੇ ਵੀ ਕੀਮਤ ਦੇ ਉੱਤੇ ਜਿਹੜਾ ਹੈ ਬਰਦਾਸ਼ਤਯੋਗ ਨਹੀਂ ਹੈ ਜਿਹੜੇ ਨੌਜਵਾਨ ਜਿਹੜੇ ਇਨੋਸੈਂਟ ਨੌਜਵਾਨ ਜਿਹੜੇ ਹੈ ਨਿੱਕੀ ਨਿੱਕੀ ਗਲਤੀ ਤੇ ਕਿਸੇ ਨੇ ਵੀਡੀਓ ਸ਼ੇਅਰ ਕਰਤੀ ਕਿਸੇ ਨੇ ਲਾਈਕ ਕਰਤੀ ਉਹਨਾਂ ਨੂੰ ਜਿਹੜਾ ਠਾਣਿਆਂ ਦੇ ਵਿੱਚ ਬਿਠਾਇਆ ਗਿਆ ਦਲੀਲ ਕੀਤਾ ਗਿਆ ਤੇ ਕਈਆਂ ਦੇ ਉੱਤੇ ਜਿਹੜਾ ਇਸ ਕਾਨੂੰਨ ਦੇ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਇਹ ਬਹੁਤ ਮੰਦਪਾਕੀ ਗੱਲ ਹੈ